ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਥੇਟਰ ਭੰਗੂ ਬਲੌਗ ਦੇ ਵਿੱਚ। ਟਾਈਮ ਹੋ ਗਿਆ 11 ਵਜ ਗਏ ਅਤੇ ਤੀਏ ਕਿਤੇ ਸਾਨੂੰ ਪਾਰਸਲ ਆ ਜਾਂਦਾ ਕੈਨੇਡਾ ਤੋਂ, ਅਤੇ ਗੁਰਵਿੰਦਰ ਨੇ ਭੇਜਿਆ, ਦੇਖਦੇ ਹਾਂ ਖੋਲ ਕੇ ਇਹਨੂੰ ਕਿਆ ਕਿਆ ਸਮਾਨ ਆਇਆ ਹੈ। ਸੀਲ ਜੀ ਉਹ ਹੋਈ ਵੀ ਹੈ ਕਿ ਉਹਦਾ ਖੋਲੇ ਨਾ ਖੋਲ ਗਿਆ, ਏਅਰਪੋਰਟ ਵਾਲਿਆਂ ਨੇ ਚੈੱਕ ਕਰਿਆ ਹੁਣ ਵੀ ਇਹਦੇ 'ਚ ਕਿਆ ਕਿਆ ਹੈ ਕਿਆ ਕਿਆ ਨਹੀਂ। ਇਸਮੇ ਤੋਂ ਸਾਰਾ ਸਮਾਨ ਨਿਆਣਿਆਂ ਪੈਨਸਲ ਮਨ ਤਾਂ ਆਇਆ ਤਾਂ ਮੈਂ ਕਿਹਾ ਮੇਰੀ ਗੱਡੀ ਦਾ ਸਮਾਨ ਆਏਗਾ, ਉਹ ਭੂਤ ਭਾਤ ਜੇ ਮੰਗਾਏ ਹੋਏ ਤੇ ਜਿਹੜੇ ਕੱਢ ਨਾ ਲਏ ਹੋ ਇਹਨੀ ਨੂੰ ਭੇਜ ਦਿੰਦੀ ਭਲਾ, ਇਹ ਤਾਂ ਸਾਰਾ ਨਿਆਣਿਆਂ ਦਾ। ਕਰਦੇ ਬੰਦ, 12 ਵਜ ਗਏ 18 ਮਿੰਟ ਤੇ ਚੱਲਦੇ ਹਾਂ ਹੁਣ ਲੈ ਗਈ ਗੱਡੀ, ਆਪਾਂ ਸਮਾਨ ਸਮੂਨ ਰੱਖ ਲਿਆ। ਚੰਗਾ ਫਿਰ ਬਾਏ। ਤੇ ਹੁਣ ਤੇਲ ਪਵਾਉਂਦੇ ਹਾਂ ਜਾ ਕੇ, ਤੇਲ ਪਵਾ ਕੇ ਅਤੇ ਦੀਪੀ ਨੂੰ ਕਰਦੇ ਹਾਂ ਫੋਨ, ਉਹਦਾ ਪਰਮਿਟ ਲੈ ਕੇ ਜਾਣਾ, ਉਹਦੀ ਗੱਡੀ ਰਾਹ 'ਚ ਹੈ, ਉਹਦਾ ਪਰਮਿਟ ਮੁੱਕੇ ਪਤਾ ਉਹਨੂੰ ਪਰਮਿਟ ਦੇ ਦਾਂਗੇ, ਅਤੇ ਬਾਕੀ ਚੱਲਦੇ ਹਾਂ ਹੁਣ ਲੱਗਿਆ ਵਾ ਜੱਸੀ ਫੋਨ ਪਰ। ਚੰਗਾ ਫਿਰ ਜੱਸੀ, ਚੰਗਾ ਡੈਡੀ, ਚੰਗਾ ਮਾਂ। ਅਤੇ ਮਿੰਟੂ ਬੈਠਾ ਹਾਂਜੀ ਗੱਡੀ 'ਚ, ਹੋਰ ਸਮਾਨ ਤਾਂ ਨਹੀਂ ਹੈਗਾ ਕੋਈ, ਚਲੋ ਚਲਤੇ ਸਾਥੀਓ ਲੈ ਗਏ ਮਹਾਰਾਜ ਦਾ ਨਾਮ ਉਹ ਤੇਰਾ ਭਲਾ ਹੋ ਜੇ। ਬੀਬੀ ਭਾਪੇ ਨੂੰ ਤਾਂ ਮਿਲਣੇ ਰਹਿ ਗਿਆ, ਚੰਗਾ ਬੀਬੀ, ਚੰਗਾ ਬਾਪੂ, ਹਾਂ ਆ ਗਿਆ ਮਿੰਟੂ ਆ, ਹਾਂ ਡਰਾਈਵਰ ਡਰਾਈਵਰ ਨਾ ਕਰ, ਹੈਂ ਹਾਂ ਚੱਲੇ, ਹਾਂ ਚਲੋ ਭਾਈ ਚਲਤੇ ਹੈ। ਅਤੇ ਬੀਬੀ ਭਾਪੇ ਨੂੰ ਪਤਾ ਨਹੀਂ ਦਾ ਵੀ ਕੌਣ ਆਇਆ ਵਾ, ਤਾਂ ਕਹਿੰਦੇ ਕਹਿੰਦੇ ਡਰਾਈਵਰ ਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਮਿਲਣਾ ਭਾਈ, ਕੀ ਉਹ ਅੱਗੇ ਲੈ ਲਾਂਗੇ ਮਹਾਰਾਜ, ਇਹ ਸੀਗਾ ਆਪਣੇ ਇੱਧਰ ਦਾ ਗੁਰੂ ਘਰ। ਹੁਣ ਚੱਲਦੇ ਹਾਂ ਸਿੱਧਾ ਪੰਪ 'ਤੇ ਮਿੱਤਰੋ, ਤੇਲ ਪਾਉਣ ਰੁਕੇ ਸੀਗੇ ਅਤੇ ਮਿੰਟੂ ਗਿਆ ਵਾ ਘਰੇ ਆਉਂਦੇ ਨੂੰ ਉਹਦੇ।
ਮਿਲੇਗੀ ਖਬਰ ਉਸ ਕੋ ਬਾਹਰਲਾ ਟਾਇਰ ਪੈਂਚਰ ਚੱਲ ਉਰੇ ਹੈਗਾ ਪੈਂਚਰ ਵਾਲਾ ਤਾਂ ਪੈਂਚਰ ਲਵਾ ਲੈਂਦੇ ਹਾਂ ਇੱਕ ਸੌ 85 ਲੀਟਰ ਪਿਆ ਇੱਧਰ ਕਿਉਂਕਿ 100 ਲੀਟਰ ਪਹਿਲਾਂ ਜਾਣ ਲੱਗੇ ਪਵਾ ਗਏ ਸੀਗੇ ਆਪਾਂ ਹਾਂ ਦੇਖੋ ਬਾਈ ਸਿੱਧੂ ਮੂਸੇ ਵਾਲੇ ਦੀ ਫੋਟੋ ਬਣਵਾਈ ਵੀ ਬਾਈ ਨੇ ਅਤੇ ਬਾਕੀ ਹੁਣ ਪਰਲੀ ਟੈਂਕੀ 'ਚ ਦੇਖਦੇ ਹਾਂ ਅੱਗੇ ਯਾਦ ਰੱਖੀ ਸਾਡੀ ਲਓ ਵੀ ਮਿੱਤਰੋ ਦੂਜੀ ਟੈਂਕੀ 'ਚ ਲੱਗੇ ਆ ਤੇਲ ਪਵਾਉਣ ਅਤੇ ਕਹਿੰਦਾ ਬਈ ਕਹਿੰਦਾ ਅੰਡੇ ਕਹਿੰਦਾ ਫੁੱਟਦੇ ਨਹੀਂ ਹੈਗੇ ਕਹਿੰਦਾ ਡੈਂਕਿਆਂ 'ਚ ਮੈਂ ਕਿਹਾ ਨਾ ਫੁੱਟਦੇ ਨਹੀਂ ਹੈਗੇ ਮੈਂ ਕਿਹਾ ਪੈਕਿੰਗ ਕੀਤੀ ਵੀ ਹੁੰਦੀ ਹੈ ਪ੍ਰੋਪਰ ਅਤੇ ਇੱਧਰ ਬਾਈ ਦਾ ਫੋਨ ਗਰਮ ਹੋ ਗਿਆ ਇਹਨੇ ਉਹਦੇ 'ਚ ਹੀ ਰੱਖਤਾ ਫਰਿੱਜ 'ਚ ਕਹਿੰਦਾ ਠੰਡਾ ਹੋ ਜੂਗਾ ਐਂ ਠੰਡਾ ਕਰੀ ਫਿਰਦਾ ਇਹਨੂੰ ਬੰਦ ਕਰਕੇ ਰੱਖ ਦੇਵੇ ਬਸ ਐਪਲਾਂ ਦਾ ਬਿਮਾਰੀ ਹੈ ਅਤੇ 164 ਲੀਟਰ 65 ਲੀਟਰ ਇਹ ਜਾਊਗਾ 360-70 ਦੇ 64-65 ਦੇ ਨੇੜ ਤੇੜ ਅਤੇ ਮੋਟਰ ਵੀ ਲੈਣੀ ਹੈ ਯਾਦ ਰਿਹਾ ਤਾਂ ਲੈ ਲਵਾਂਗੇ ਐਤਕੀ ਬੜੀ ਮੋਟਰ ਲੈ ਕੇ ਜਾਵਾਂਗੇ ਅਤੇ ਜਿਹੜੀ ਉਹ ਵਾਲੀ ਮੋਟਰ ਆ ਉਹਨੂੰ ਆਪਣਾ ਕਰਕੇ ਅੰਦਰ ਲਾ ਦੇਵਾਂਗੇ ਜਿੱਥੇ ਉਹ ਹੈ ਸੀਗੀ ਕਿਉਂਕਿ ਅੰਦਰ ਵਾਲੀ ਮੋਟਰ ਖੋਲ੍ਹ ਕੇ ਆਪਾਂ ਨੇ ਗਿਆ ਆਹ ਕਿੱਥੇ ਲੁਕੀ ਬੈਠਾ ਅੱਜ ਤਾਂ ਬੱਜੀ ਕਿੱਲ ਆਹਾ ਕਿੱਲ ਵੱਜੀ ਕਿੱਲਵਾਨੇ ਹੁਣ ਕਿਆ ਕਰ ਸਕਦੇ ਹਾਂ ਲੱਗਿਆ ਹੋ ਰਹੀ ਉਹ ਤੁਰਨ ਤਰਨ ਲੱਗੇ ਹੀ ਪਤਾ ਨਹੀਂ ਭੈਣ ਚੁੱਕੀ ਦੀ ਸ਼ਕਲ ਦੇਖੀ ਕਿਹਦੀ ਨਹੀਂ ਐਡੀ ਲੰਬੀ ਮੇਖ ਲੱਗ ਗਈ ਇਹਦੇ 'ਚ ਇਹ ਬੱਜੀ ਇੱਥੇ ਹੀ ਆ ਘਰੋਂ ਤੁਰਨ ਤਰਨ ਲੱਗੇ ਨਾ ਕਿਉਂਕਿ ਜੇ ਜ਼ਿਆਦਾ ਲੰਬੀ ਪਿੱਛੇ ਦੇ ਬੱਜੀ ਹੁੰਦੀ ਫਿਰ ਤਾਂ ਆਹ ਚੀਜ਼ ਇਹਦੀ ਘਸ ਜਾਂਦੀ ਆਹ ਘਸ ਕੇ ਟਿੱਪਰ ਹੋ ਜਾਣੀ ਦੀ ਡਾਂਸੀਆਂ ਹੋ ਰਹੀਆਂ ਤੇ ਹੁਣ ਹੈਂ ਮੈਂ ਪੂਰੀ ਫੋਟੋ ਆਉਣੀ ਚਾਹੀਦੀ ਹਾਂ ਜੀ ਹਾਂ ਪੂਰੀ ਫੋਟੋ ਆ ਰਹੀ ਆ ਪਿੱਛੇ ਦੇ ਵੀ ਆ ਰਹੀ ਆ ਉਹਦੀ ਆਹ ਕਾਰਟੂਨ ਬੜਾ ਦੇਖਿਆ ਮੈਂ ਐਂ ਭੱਜਦਾ ਹੀ ਜਾਂਦਾ ਉਹਦਾ ਦਾ ਗੂੰ ਨਾ ਆਹਦਾ ਉਹ ਦੂਜਾ ਉਹ ਸਾਲਾ ਮੁਰਗਾ ਜਿਹਾ ਭੱਜਦਾ ਜਾਂਦਾ ਹੁੰਦਾ ਤਾ ਇੱਧਰ ਕਿੱਥੇ ਦੇਖ ਰਿਹਾ ਅੱਛਾ ਸੀਸੇ 'ਚ ਲੈ ਮੈਂ ਅਸੀਂ ਦਿਖਾ ਦਿੰਦਾ ਲਓ ਜੀ ਮਿੱਤਰੋ ਟਾਈਮ ਹੋ ਗਿਆ 2:33 ਅਤੇ ਕਣੀਆਂ ਵੀ ਉਤਰ ਆਈਆਂ ਨਿੱਕੀ ਨਿੱਕੀ ਕਣੀ ਦਾ ਮੀਂਹ ਬਰਸੈਂਦਾ ਗੋਡੇ ਗੋਡੇ ਗਾਰਾ ਭਿੱਜ ਗਈ ਮੈਂ ਮਿੱਤਰਾ ਚੱਕ ਲੈ ਭੈਣ ਦਿਆ ਯਾਰਾ ਠੰਡੇ ਠੰਡੇ ਜਾਓ ਕਹਿੰਦਾ ਦੇਖ 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 ਰੋਂਗ ਸਾਡਾ ਪਾਸੇ ਨਹੀਂ ਹੁੰਦੀਆਂ ਹੈ ਦੋ ਇਹ ਜਣੀਆਂ ਵੀ ਗੱਲ ਨਾ ਰਹਿ ਜਾਵੇ ਕੋਈ ਚੁਗਲੀ ਕਰਨੇ ਤੋਂ ਲਓ ਮਿੱਤਰੋ ਮੋੜੇ ਪਹੁੰਚ ਗਏ ਏਜੰਸੀ 'ਚ
ਇੱਥੇ ਯੂਰੀਆ ਪਾਉਂਦੇ ਹਾਂ, ਯੂਰੀਏ ਵਾਸਤੇ ਵੀ ਜੌਬ ਕਾਰਡ ਖੁਲਵਾਉਣਾ ਪੈਣਾ ਕਹਿੰਦੇ, ਅਤੇ ਬਾਕੀ ਆਪਣਾ ਜੀ ਪੀ ਐੱਸ ਵੀ ਚਲਵਾਉਣਾ, ਜੀ ਪੀ ਐੱਸ ਚਲਵਾ ਕੇ ਅਤੇ ਰਹਿਣਾ ਉੱਥੋਂ ਲੈ ਕੇ ਗਏ ਸੀਗੇ ਗੱਡੀ ਆਪਾਂ ਨਾ ਬਈ ਮਿੱਤਰੋ, ਕੈਮਰਾ ਕਰ ਲਈਏ ਸਾਫ ਅਤੇ ਜੀ ਪੀ ਐੱਸ ਖੋਲ੍ਹ ਲਿਆ, ਜੀ ਪੀ ਐੱਸ ਖੋਲ੍ਹ ਕੇ ਉਹਨੂੰ ਅੱਧਾ ਘੰਟਾ ਰੱਖਣਗੇ ਕਿਤੇ, ਅਤੇ ਫਿਰ ਆਪਾਂ ਬੰਦ ਕਰਦੇ ਹਾਂ ਇੱਕ ਮਿੰਟ। ਅਤੇ ਜੀ ਪੀ ਐੱਸ ਉਹਨੇ ਖਲਵਾ ਲਿਆ ਨਾ, ਹੈ ਨਾ, ਉਹਨੂੰ ਇੱਕ ਜਗ੍ਹਾ ਕਹਿੰਦੇ ਵੀ ਅੱਧਾ ਘੰਟਾ ਉਹ ਕਰੂੰਗੇ ਰੱਖੂੰਗੇ ਕਿਤੇ, ਵੀ ਅੱਧਾ ਘੰਟਾ ਰੱਖਣ ਤੋਂ ਬਾਅਦ ਉਹਦੀ ਲਾਈਟ ਆ ਕੋਈ ਉਹ ਜਿਹੀ ਫਿਕਸ ਹੋ ਜੂਗੀ, ਲਾਈਟ ਫਿਕਸ ਹੋਣ ਬਾਅਦ ਵੀ ਰੀਸੈੱਟ ਕਰਾਂਗੇ, ਵੀ ਜੇ ਉਹ ਹੋ ਜਾਂਦਾ ਹੈ ਨਾ ਉਹ 'ਚ ਫਿਕਸ ਹੋ ਜਾਂਦੀ ਵੀ ਫਿਰ ਕੋਈ ਪ੍ਰੋਬਲਮ ਨਹੀਂ ਆਊਗੀ, ਕਿਉਂਕਿ ਆਪਾਂ ਨੂੰ ਇਹ ਪ੍ਰੋਬਲਮ ਸ਼ੁਰੂ ਤੋਂ ਹੀ ਆ ਰਹੀ ਹੈ, ਜਦੋਂ ਤੋਂ ਆਪਾਂ ਨੇ ਗੱਡੀ ਲਿੱਤੀ ਸੀਗੀ ਉਦੋਂ ਦੀ ਉਹ ਪ੍ਰੋਬਲਮ ਆ ਰਹੀ ਹੈ। ਅਤੇ ਗੱਡੀ ਹੁਣ ਗੱਡੀ ਖੜ੍ਹੀ ਆ ਔਰ ਮੈਟਰੋ ਮੋਟਰ ਮੋੜੇ 'ਤੇ ਦੱਸਦੀ ਪਈ ਆ ਕਿੱਥੇ ਦੀ ਆਪਣਾ ਅਸੰਦ, ਅਸੰਦ ਦੀ ਦੱਸਦੀ ਪਈ ਆ ਵੀ ਲੋਕੇਸ਼ਨ ਵੀ ਗੱਡੀ ਅਸੰਦ ਖੜ੍ਹੀ ਆ। ਅਤੇ ਪਹਿਲਾਂ ਗੱਡੀ ਖੜ੍ਹੀ ਸੀਗੀ ਉੱਥੇ ਆਪਣਾ ਬੰਬੇ ਖੜ੍ਹੀ ਸੀਗੀ, ਜਦ ਦੱਸਦੀ ਪਈ ਸੀਗੀ ਲੋਕੇਸ਼ਨ ਉੱਥੇ ਦੀ ਅਨੰਦਪੁਰ ਸਾਹਿਬ ਦੀ। ਨਵੇਂ ਮਿੱਤਰੋ ਟਾਈਮ ਹੋ ਗਿਆ 4 ਵੱਜ ਗਏ ਅਤੇ ਚੱਲਦੇ ਹਾਂ ਹੁਣ, ਆਪਣਾ ਹੋ ਗਿਆ ਜੀ ਪੀ ਐੱਸ ਹੋ ਗਿਆ ਓਕੇ, ਕਹਿੰਦੇ ਉਹਨਾਂ ਫਿੱਟ ਕਰਦੇ ਲੋਕੇਸ਼ਨ ਸਹੀ ਦਿਖਾਉਣ ਲੱਗ ਗਿਆ। ਅਤੇ ਬਈ ਜਿੰਨਾ ਟਾਈਮ ਇਹਨਾਂ ਨੇ ਕਿਹਾ ਸੀਗਾ ਵੀ ਇੰਨਾ ਟਾਈਮ ਲੱਗੂ ਉਹਨਾਂ ਲਾਏ ਦੇਣਾ, ਚਾਹੇ ਜੀ ਪੀ ਐੱਸ ਕਿੱਦਾਂ ਸੈੱਟ ਹੋਇਆ ਵਾ। ਅਤੇ ਹੁਣ ਚੱਲਦੇ ਹਾਂ ਵਰਕਸ਼ਾਪ 'ਚ। ਨਵੇਂ ਮਿੱਤਰੋ ਕੰਮ ਜਮ ਕਰਾ ਕੇ ਐਨ ਓਕੇ ਚੱਲ ਪਏ ਸੀਗੇ ਆਪਾਂ, ਦੇਖਦੇ ਹਾਂ ਕਾਰ ਵਾਲੇ ਵੀ ਇੰਡੀਕੇਟਰ ਦੇ ਰਿਹਾ ਬੰਦਾ ਹੈ ਫੇਰ ਨਹੀਂ ਉਹ ਕਰਦੇ ਬਈ, ਬੰਦਾ ਇੰਡੀਕੇਟਰ ਦੇ ਰਿਹਾ, ਦੇ ਤੁਸੀਂ ਆਪਣਾ ਲਾਈਨ ਚੇਂਜ ਕਰ ਲਓ ਸਾਲੀ, ਉੱਧਰ ਇੰਨੀ ਲਾਈਨ ਖਾਲੀ ਪਈ ਆ। ਆਹ ਮਵਾਤੀ ਆ ਹਾਂ ਜਿਹੜਾ ਜਾ ਰਿਹਾ, ਜੁਲਫਾਂ ਇਹਦੀਆਂ ਅੱਗੇ ਮੈਨੂੰ ਨਹੀਂ ਲੱਗਦਾ ਇਹਨੂੰ ਦੇਖਦਾ ਹੋਣਾ ਸਾਲੇ ਨੂੰ ਕੁਝ, ਇਹ ਕਿਆ ਕਰਦਾ ਕਦੇ ਅੱਗੇ ਕੱਢ ਲੈਂਦਾ ਕਦੇ ਪਿੱਛੇ, ਹੁਣ ਅਸੀਂ ਤਾਂ ਇੱਕ ਰੇਸ 'ਚ ਚੱਲ ਰਹੇ ਹਾਂ, ਹੁਣ ਦੇਖਿਓ ਇਹ ਤੋਂ ਅੱਗੇ ਕੱਢੂੰਗਾ ਮੈਂ ਜਾਂ ਤਾਂ ਪੈਰ ਦੱਬ ਦੂੰਗਾ ਹੈਂ, ਜਾਂ ਫਿਰ ਅੱਗੇ ਭਜਾ ਕੇ ਫਿਰ ਕੱਟ ਮਾਰ ਮਾਰ ਕੇ ਦਿਖਾਉਂਦਾ ਪਾਣੀ ਪੀ ਰਿਹਾ ਚੋਬਰ ਆ। ਦੇਖੋ ਆਉਂਦਾ ਦੇਖੀ ਇੱਧਰ ਇਹ 'ਚ ਪਤਾ ਨਹੀਂ ਕਿਆ ਸਿਲੰਡਰ ਜਾ, ਇਹਦੀ ਖਿੱਚ ਲਈ ਫੋਟੋ ਉਹਨਾਂ ਨੇ ਪਿੱਛੇ ਪੁਲਿਸ ਵਾਲੇ ਖੜੇ ਦੇ ਆਓ ਮਵਾਤੀ ਦੀ, ਅਤੇ ਪਰਲੀ ਲਾਈਨ 'ਚ ਆ ਰਿਹਾ ਤਾ ਹੈਂ, ਅਤੇ ਮੈਂ ਸੀਗਾ ਸੈਂਟਰ ਵਾਲੀ ਲਾਈਨ 'ਚ, ਮੈਂ ਪੁਲਿਸ ਵਾਲੇ ਨੂੰ ਦੇਖ ਕੇ ਫਟਾਫਟ ਨਾ ਆ ਦੇਖੋ ਵਾਲੇ ਇੱਦਾਂ ਹੀ ਫਸਾਈ ਵੀ ਬੈਠਾ, ਪਰਨਾ ਪੁਰਨਾ ਨਹੀਂ ਉਹ ਕਰਿਆ ਵਾ, ਦੂਰ 'ਤੇ ਤਾਂ ਰੋਕਦਾ ਤਾ ਪੁਲਿਸ ਵਾਲਾ, ਜਾਂ ਉਹਨੇ ਨੇੜੇ ਆ ਕੇ ਦੇਖਿਆ ਵੀ ਸੀਟ ਬੈਲਟ ਲੱਗੀ ਵੀ ਹੈ ਸਾਰਾ ਕੁਝ ਹੋਇਆ ਵਾ, ਮੈਨੂੰ ਕਹਿੰਦਾ ਜਾ ਜਾ
ਇਹਦੀ ਖਿੱਚ ਲਈ ਫੋਟੋ, ਇਹ ਪਰਲੀ ਲਾਈਨ ਤੇ ਸੀਗਾ। ਹੁਣ ਜ਼ਿਆਦਾ ਚ ਆਪਦਾ ਕਿੰਨੇ ਚ ਰਗੜੇਗਾ। ਨਵੇਂ ਮਿੱਤਰੋ ਕਰਨਾਲ ਪਹੁੰਚ ਗਏ ਹਵੇਲੀ ਕੋਲ, ਆ ਸਾਹਮਣੇ ਹਵੇਲੀ ਆ ਤੇ ਬੰਦਿਆਂ ਦੀ ਚਿੱਟੀਆਂ ਦਾੜੀਆਂ ਹੋ ਗਈਆਂ ਹਨਾ, ਲਾਈਨ ਚ ਨਹੀਂ ਤੁਰਦੇ ਹੈਗੇ ਬਈ। ਹੁਣ ਤੁਹਾਨੂੰ ਪਤਾ ਵੀ ਹਰਿਆਣੇ ਚ ਸਖਤੀ ਹੈ ਹੈਂ ਵੀ ਲਾਈਨਾਂ ਵਾਲੇ ਉਹ ਚ ਰੋਕਦੇ ਆ ਬਈ, ਜਾਂ ਤਾਂ ਤੁਸੀਂ ਇੱਧਰੇ ਕਰ ਲਓ ਜਾਂ ਇੱਧਰੇ ਕਰ ਲਓ। ਕਿੱਥੇ ਚੱਲਣਗੇ ਆ ਗੱਪੇ ਕਰਕੇ ਪੱਟੀ ਨੂੰ ਹੈਂ, ਬੁੱਝੜ ਹੋ ਜਾਂਦੇ ਬੁੱਝੜ। ਮੈਂ ਕਹਿੰਦਾ ਚੰਗਾ ਨਹੀਂ ਲੱਗਦਾ, ਲੋਕਾਂ ਨੇ ਕਹਿਣਾ ਕੱਲ ਦਾ ਤੂੰ ਉਹ ਆ ਡਰਾਈਵਰਾਂ ਮੱਤਾਂ ਦੇ ਰਿਹਾ ਵੀ ਹਾਲੇ ਸਿੱਧੀ ਲਾਈਨ ਚ ਤੁਰੋ ਤੁਸੀਂ ਆਪਣੀ, ਓਵਰਟੇਕ ਕਰਨਾ ਉਧਰ ਵਾਲੀ ਚ ਕਰ ਲਓ। ਇਹੀ ਨੀ ਮਾੜਾ ਮੋਟਾ ਦਿਮਾਗ, ਇੱਕ ਗੱਡੀ ਬਰਾਬਰ ਜਾਂਦੀ ਹੋਊਗੀ ਫਿਰ ਪੈਰ ਨੀ ਚੱਕਦੇ ਵੀ ਜ਼ਿਆਦਾ ਆਪਣੀ ਗੱਡੀ ਦੀ ਸ਼ੋਅ ਅੱਗੇ ਲੰਘ ਗਈ ਠੀਕ ਆ, ਸ਼ੋਅ ਨੂੰ ਪਾਸ ਕਰਕੇ ਆਪਣਾ ਫਰਜ਼ ਬਣਦਾ ਵੀ ਪੈਰ ਚੱਕ ਲਈਏ ਆਪਾਂ ਮਾੜਾ ਜਿਹਾ ਵੀ ਉਹ ਲੰਘ ਜੂਗੀ ਗੱਡੀ ਹੈਂ, ਫਿਰ ਸਗੋਂ ਪੈਰ ਦੱਬਣਗੇ। ਚਲੋ ਮਿਲਦੇ ਆ ਤੁਹਾਨੂੰ ਅੱਗੇ ਰੋਡ ਤੇ ਸ਼ਾਮਲੀ ਵਾਲੇ ਦੇ। ਲਓ ਮਤਲਬ ਟਾਈਮ ਹੋ ਗਿਆ 7:21 ਤੇ ਉਹ ਸਾਹਮਣੇ ਗੱਡੀ ਜਾ ਰਹੀ ਹੈ ਬਰੀਜਾ, ਯੂਪੀ ਨੰਬਰ ਸੀਗੀ ਤੇ ਇਹਦਾ ਨੰਬਰ ਆ 8007। ਮਿੰਟੂ ਨੇ ਪੜਿਆ ਕਹਿੰਦਾ 8007 ਜਾ ਰਹੀ ਹੈ ਯੂਪੀ ਨੰਬਰ ਤੇ ਹੁਣ ਅੱਗੇ ਰੁਕਦੇ ਹਾਂ, ਸ਼ੀਸ਼ੇ ਕਰਦੇ ਹਾਂ ਸਾਫ, ਅਗਰਬੱਤੀ ਲਾਉਂਦੇ ਹਾਂ ਕਿਉਂਕਿ ਜਾਂ ਤਾਂ ਪਿੱਛੇ ਹੀ ਉਹ ਹੁੰਦਾ ਹੈ ਨਾ, ਕਿਉਂਕਿ ਕਹਿੰਦਾ ਵੀ ਅੱਗੇ ਹੁਣ ਹੋਟਲ ਆਏਗਾ ਉੱਥੇ ਹੀ ਰੁਕਾਂਗੇ ਅਤੇ ਰੋਡ ਦੇ ਉੱਪਰ ਗੱਡੀ ਨਹੀਂ ਲਾਉਣੀ ਹੈਗੀ ਕਿਉਂਕਿ ਰੋਡ ਪਰ ਗੱਡੀ ਲਾਉਂਦੇ ਹਾਂ ਉੱਥੇ ਚਲਾਨ ਹੋ ਜਾਂਦਾ ਹੈ। ਚੌਧਰੀ ਨਹੀਂ ਆਇਆ ਤਾਂ, ਚੌਧਰੀ ਨੇ ਦੱਸਿਆ ਤਾ ਮੈਨੂੰ ਕਹਿੰਦਾ ਅਰੇ ਰੋਡ ਪਰ ਗੱਡੀ ਨਾ ਲਾਈ, ਕਹਿੰਦਾ ਇਹ ਸਾਲੇ ਚਲਾਨ ਕਰ ਜਾਂਦੇ ਆ ਕਹਿੰਦਾ। ਹਾਂ ਮੈਂ ਕਿਹਾ ਠੀਕ ਹੈ ਚੱਲ ਵਧੀਆ ਹੋਇਆ ਦੱਸਤਾ ਤੈਂ ਮਹਾਰਾਜ ਸੱਚੇ ਪਾਤਸ਼ਾਹ ਸਭ ਸ਼ਾਂਤੀ ਰੱਖਿਓ ਦਾਦਾ ਜੀ। ਹਾਂ ਅਤੇ ਐਤਕੀ ਲੈ ਕੇ ਆਇਆ ਮੈਂ ਮਾਈਕ ਅਤੇ ਇਹਨੂੰ ਗੋਪਰੋ 'ਤੇ ਲਾ ਕੇ ਦੇਖਾਂਗੇ। ਉਹ ਯਾਰ ਉਹ ਗੁਰਸ਼ਾਨ ਨੇ ਇਹਦਾ ਦੂਜਾ ਪਤਾ ਨਹੀਂ ਕਿੱਥੇ ਸੁੱਟਤਾ, ਇੱਕ ਤਾਂ ਉਹ ਜਿਹੜਾ ਐਪਲ ਲੱਗਦਾ ਸੀਗਾ ਉਹ ਸੁੱਟਤਾ ਹੈਂ, ਅਤੇ
ਦੂਜਾ ਇੱਕ ਇਹਦਾ ਜਿਹੜਾ ਅੱਗੇ ਉਹ ਹੁੰਦਾ ਨਾ ਆ ਇਹਦੇ ਨਾਲ ਦਾ ਉਹ ਸੁੱਟਦਾ। ਦੋਏ ਚੀਜ਼ਾਂ ਮੈਂ ਪੁੱਛਿਆ, ਮੈਂ ਕਿਹਾ ਕਿੱਥੇ, ਮੈਂ ਕਿਹਾ ਕਿਆ ਪਤਾ ਅੱਗੇ ਦੇ ਅੱਗੇ ਦੇ। ਤੂੰ ਪਾਗਲ ਹੋ ਗਿਆ ਡਾਕਟਰ ਉਹਨੂੰ ਨਾ ਨਾਨਕੇ ਗਿਆ ਆਪਣੇ ਤੇ ਆਕੜੀਆਂ ਮੰਨਣ ਗਏ ਸੀਗੇ ਤਾਂ ਦੂਜੇ ਨਾਲ ਮਤਲਬ ਚਾਚੇ ਉਹਨਾਂ ਦੇ ਗਏ ਰੱਖੜੀਆਂ ਮੰਨਣ। ਉੱਥੇ ਸੀਗੀ ਕੁੱਤੀ, ਜਾਂਦੇ ਹੀ ਪਹਿਲਾਂ ਤਾਂ ਲੱਤ ਠੋਕੀ ਉਹਦੇ ਕੁੱਤੀ ਦੇ ਉਹਨੇ ਉਹਨੇ ਪਤਾ ਨੀ ਨੌ ਮਾਰਿਆ, ਉਹਦਾ ਨੌ ਵੱਜਿਆ ਪਤਾ ਨੀ ਦੰਦ ਵੱਜਿਆ ਉਹ ਸਾਨੂੰ ਨੀ ਪਤਾ ਲੱਗਿਆ ਸਾ ਪਿੱਠ ਤੀ ਉਹਦੀ ਹਰਪ੍ਰੀਤ ਦੀ ਉੱਧਰ ਨੂੰ। ਤੇ ਮੈਂ ਸੀਗਾ ਦੂਜੇ ਘਰੇ ਹੀ ਸੀਗਾ ਹਲੇ ਉਹ ਹਰ ਉਹਦੀ ਸਿੰਮੂ ਸੀਗੀ ਉੱਥੇ, ਸਿੰਮੂ ਤਾਂ ਕਹਿੰਦੀ ਪੰਜਾ ਜਿਹਾ ਮਾਰਿਆ ਅਤੇ ਡਾਕਟਰ ਨੂੰ ਦਿਖਾਇਆ ਉਹ ਕਹਿੰਦਾ ਵੀ ਦੰਦ ਐ ਨਹੀਂ ਵੀ ਟੀਕਾ ਲਵਾਏ ਲਓ ਹੈਂ। ਟੀਕਾ ਲਵਾਉਣ ਗਏ ਡਾਕਟਰ ਲੱਗਿਆ ਟੀਕਾ ਲਾਉਣ, ਪਹਿਲਾਂ ਤਾਂ ਕਹਿੰਦਾ ਪਲੀਜ਼ ਰਹਿਣ ਦਿਓ ਨਾ ਲਾਓ ਹੈਂ। ਇਹ ਜਦ ਲਾਇਆ ਡਾਕਟਰ ਨੇ ਟੀਕਾ ਉਹਨੂੰ ਕਹਿੰਦਾ ਤੂੰ ਪਾਗਲ ਹੋ ਗਿਆ, ਕਹਿੰਦਾ ਟੀਕਾ ਲਾਈ ਜਾਂਦਾ ਉਹ ਤੂੰ ਪਾਗਲ ਹੋ ਗਿਆ ਓਏ ਓਏ ਨਨੂੰ ਕਹਿੰਦਾ ਆਦ ਆਦ ਕੇ ਬੱਕੀਆਂ ਪਾੜੀਆਂ ਕਹਿੰਦਾ ਉੱਤੇ ਐ ਜੇ ਉਹ ਕਰਦਾ ਅੱਗੇ ਤੇ ਇਹਦੇ ਕਹਿੰਦੇ ਤੂੰ ਪਾਗਲ ਹੋ ਗਿਆ। ਹੁਣ ਮੈਂ ਤਾਂ ਠੰਡਾ ਦੁੱਧ ਪੀਂਦਾ ਤਾ ਨਾ ਘਰੇ, ਉਹਨੇ ਜਾਮ ਨੂੰ ਬਾਬਾ ਦੁੱਧ ਨੀ ਆਇਆ ਤੇਰਾ, ਮੈਂ ਕਿਹਾ ਨਾ ਯਾਰ, ਮੈਂ ਕਹਿੰਦਾ ਪਾਪਾ ਨਾਲੇ ਪੈਣਾ ਦੁੱਧ ਉਹਨੇ ਪੀਣਾ ਹੀ ਪੀਣਾ। ਮਿੱਤਰੋ ਪੀਸੇ ਕਰ ਲਈਏ ਸਾਫ, ਮਿੰਟੂ ਕਰ ਰਿਹਾ ਬਾਹਰੋਂ ਤੇ ਆਪਾਂ ਕਰਦੇ ਪਏ ਹਾਂ ਅੰਦਰੋਂ ਸ਼ੀਸ਼ੇ ਸਾਫ ਕਰਕੇ ਅਗਰਬੱਤੀ ਲਾ ਕੇ ਚਾਹ ਪੀ ਕੇ ਤੁਰਤੇ ਹੈਂ ਤੁਰਤੇ ਹੈਂ ਤੁਰਤੇ ਉਰਦੂ ਅਖਬਾਰ ਕੇ ਸਾਥ ਹਮ ਸ਼ੀਸ਼ੇ ਸਾਫ ਕਰ ਰਹੇ ਹੈ। ਦਰਜੇ ਕੀ ਹਾਲ ਹੈ? ਦਰਜੇ ਇੱਕ ਜੇ ਦਿਖਦਾ ਪਿਆ ਮੂੰਹ ਇੱਧਰ ਉੱਧਰ ਨੂੰ, ਕੰਧ ਤੋਂ ਆਰ ਪਾਰ ਦਿਖਦਾ ਪਿਆ ਏ ਤੇ ਅਗਰਬੱਤੀ ਲਾ ਕੇ ਚਮਕਾ ਕੇ ਰਣੀ ਫਿਰ ਚੱਲਦੇ ਹਨਾ, ਐਸੇ ਹੀ ਹੈ। ਲਾਤੀ ਆਪਾਂ ਨੇ ਅਗਰਬੱਤੀ ਸ਼ੀਸ਼ੇ ਸ਼ੀਸ਼ੇ ਕਰਤੇ ਸਾਫ ਤੇ ਮਿੰਟੂ ਹਲੇ ਬਾਹਰੇ ਆ ਤੇ ਹੁਣ ਪੀਨੇ ਆ ਚਾਹ, ਚਾਹ ਪੀ ਕੇ ਫਿਰ ਚੱਲਦੇ ਆ ਆਪਾਂ ਦੇਖੇ ਪਰਮਾਤਮਾ ਦਾ ਨਾਮ ਲਓ ਵੀ। ਮਿੱਤਰੋ ਆ ਗਏ ਆਪਾਂ ਹੋਟਲ ਦੇ, ਆਪਾਂ ਸ਼ਾਮ ਲਈ ਤੋਂ 12 ਕਿਲੋਮੀਟਰ ਪਹਿਲੇ, 12 ਕਿਲੋਮੀਟਰ ਪਹਿਲੇ ਨਹੀਂ 12 ਕਿਲੋਮੀਟਰ ਇੱਧਰੋਂ ਸ਼ਾਮਲੀ ਪਾਰ ਕਰਕੇ ਉਹ ਆ ਮੁਜ਼ੱਫਰਨਗਰ ਵਾਲਾ ਨਵਾਂ ਹੀ ਖੁੱਲਿਆ ਬਾਈਆਂ ਨੇ ਢਾਬਾ ਜੈ ਤ੍ਰੀਦੇਵ ਫੈਮਿਲੀ ਢਾਬਾ ਤੇ
ਰੋਟੀ ਪਾਣੀ ਰੋਟੀ ਪਾਣੀ ਦਾ ਪੂਰਾ 24 ਘੰਟੇ ਪ੍ਰਬੰਧ ਆ ਬਾਈ ਕਹਿੰਦੇ, ਅਤੇ ਆਓ ਕਹਿੰਦੇ ਰੁਕੋ ਅਤੇ ਪਾਣੀ ਠੰਡਾ ਮਿਲੇਗਾ ਚਿਲਡ, ਅਤੇ ਕੂਲਰ ਭਾਈਆਂ ਨੇ ਲਾਇਆ ਵਾ ਬੜਾ, ਜਿਹੜਾ ਅਤੇ ਆਉਂਦਾ ਨਕੋਦਰ, ਮੈਂ ਕਿਹਾ ਤਾਂ ਹੈ ਨਹੀਂ ਕਦੇ, ਮੈਂ ਸੁਣਿਆ ਵੀ ਨਕੋਦਰ ਇਹੋ ਜਿਹੇ ਕੂਲਰ ਆਉਂਦੇ ਆ, ਅਤੇ ਹੁਣ ਚਾਹ ਪੀਂਦੇ ਹਾਂ, ਚਾਹ ਪੀ ਕੇ ਅਤੇ ਚੱਲਦੇ ਹਾਂ। ਪਾਰਕਿੰਗ ਦਾ ਥੋੜ੍ਹਾ ਜਿਹਾ ਉਹ ਆ ਮਸਲਾ ਆ ਰਹੇ, ਅਤੇ ਇਹਦੇ ਨਾਲ ਉੱਥੋਂ ਉਹ ਵੀ ਹੈਗਾ ਅੱਗੇ ਸਰਵਿਸ ਰੋਡ ਵੀ ਹੈਗਾ। ਹਾਂ ਮੇਰਾ ਧਿਆਨ ਉੱਧਰ ਦਾ, ਮੈਂ ਕਿਹਾ ਲੈਨ ਇੱਧਰ, ਮੈਂ ਕਿਹਾ ਉਹ ਲੰਬੀ ਲੱਗੀ ਵੀ, ਮੈਂ ਕਿਹਾ ਚੱਲ ਉਹ ਖਾਲੀ ਮੈਂ ਬੜਾ। ਸੈਂਟੀ ਬਾਈ ਮਿਲਿਆ ਬਾਈ ਆਪਾਂ ਨੂੰ ਟੋਲ ਟੈਕਸ 'ਤੇ ਮੁਜ਼ੱਫਰਨਗਰ, ਅਤੇ ਹੁਣ ਬਾਈ ਜਾ ਰਿਹਾ ਇੱਧਰ ਨੂੰ। ਦੋਏ ਗੱਡੀਆਂ, ਦੋਏ ਤੇਰੀਆਂ? ਅੱਛਾ ਅੱਛਾ ਅੱਛਾ, ਮਿੰਟੂ ਬਾਈ, ਮਿੰਟੂ ਅੰਦਰ ਬੈਠਿਆ। ਸੋਨੂ ਬਾਈ ਕਿੱਧਰ ਗਿਆ? ਸੋਨੂ ਗੁਹਾਟੀ ਗਿਆ ਵਾ। ਸਾਹਮਣੇ ਹੋਟਲ ਵਾਲੇ ਪੀ ਗਿਆ ਤੁਰੇ ਹੀ ਦੇ। ਉਹਦਾ ਫੋਨ ਆ ਰਹੇ ਤੇ ਪਾਰਟੀ ਵਾਲੇ, ਕਹਿੰਦਾ ਕੱਲ ਨੂੰ ਪਹੁੰਚ ਜਾਏਗੇ, ਮੈਂ ਕਿਹਾ ਹਾਂ ਉੜ ਕੇ ਆ ਜਾਂਦਾ, ਮੈਂ ਕਿਹਾ ਉੜ ਕੇ ਆ ਰਹੇ ਹਾਂ। ਹਾਂ ਤੇ ਚਲੋ ਬਾਈ ਚੱਲਦੇ ਹਾਂ ਆਪਾਂ। ਆਓ ਜੀ ਮਿੱਤਰੋ, ਟਾਈਮ ਹੋ ਗਿਆ 10:00, ਅਤੇ ਖਾਲਸਾ ਹੋਟਲ ਦੇ ਸਾਹਮਣੇ ਖੜ੍ਹੇ ਹਾਂ ਇਸ ਟਾਈਮ ਆਪਾਂ, ਅਤੇ ਹੁਣ ਰੋਟੀ ਖਾਵਾਂਗੇ ਇੱਥੇ, ਰੋਟੀ ਖਾ ਕੇ ਅਤੇ ਫਿਰ ਚੱਲਦੇ ਹਾਂ, ਕਿਉਂਕਿ ਫਿਰ ਅੱਗੇ ਰੋਟੀ ਪਾਣੀ ਇਹੋ ਜਿਹੀ ਹੈ। ਜਾ ਕੇ ਬਜਨੌਰ ਪਾਰ ਕਰਕੇ ਮਿਲਣਾ, ਅਤੇ ਉੱਥੇ ਰੋਟੀ ਲੇਟ ਹੋ ਜਾਂਦੀ ਹੈ, ਅਤੇ ਕਰਦੇ ਆਪਾਂ ਬਲੌਗ ਦਾ ਐਂਡ। ਅਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਬਲੌਗ, ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰਕੇ ਪ੍ਰੈਸ ਕਰ ਕੇ ਨੋਟੀਫਿਕੇਸ਼ਨ ਪਹੁੰਚ ਜਾਵੇ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ। ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਅਗਲੇ ਬਲੌਗ, ਜਦ ਤੱਕ ਰੱਬ ਰੱਖਾ।